ਸਤਿ ਸ਼੍ਰੀ ਅਕਾਲ ਜੀ, ਮੈਂ ਨਾ ਕਨੇਡਾ ਜਾਣਾ ਹੈ। ਆ ਬੈਗ 'ਚ ਦੱਸ ਦਿਓ ਕੀ ਪਾਉਣਾ। ਹਾਂਜੀ, ਮੈਂ ਹਾਂ ਤੁਹਾਡਾ ਅਬਰੋਡ ਦਾ ਇੰਡੀਅਨ। ਅਤੇ ਅੱਜ ਦੇ ਇਸ ਵੀਡੀਓ 'ਚ ਮੈਂ ਤੁਹਾਨੂੰ ਆਹ ਦੱਸਾਂਗਾ ਕਿ ਅਗਰ ਤੁਸੀਂ ਕੈਨੇਡਾ ਜਦੋਂ ਮੂਵ ਹੋ ਰਹੇ ਹੋ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਜਾਂ ਫਿਰ ਐਜ਼ ਅ PR, ਤਾਂ ਤੁਹਾਨੂੰ ਆਪਣੇ ਲਗੇਜ ਵਿੱਚ ਕੀ ਸਮਾਨ ਲੈ ਕੇ ਆਉਣਾ ਚਾਹੀਦਾ ਅਤੇ ਕੀ ਸਮਾਨ ਨਹੀਂ ਲੈ ਕੇ ਆਉਣਾ ਚਾਹੀਦਾ। ਅਤੇ ਹਾਂ, ਜਦੋਂ ਤੁਸੀਂ ਆਪਣੀ ਟਿਕਟ ਬੁੱਕ ਕਰਾਉਂਦੇ ਹੋ, ਇਹ ਜ਼ਰੂਰ ਮੇਕ ਸ਼ੋਰ ਕਰੋ ਕਿ ਤੁਹਾਨੂੰ ਉਸ ਟਿਕਟ ਵਿੱਚ ਦੋ ਵੱਡੇ ਬੈਗ, ਯਾਨੀ ਕਿ 23 ਕਿਲੋ ਦੇ ਦੋ ਵੱਡੇ ਬੈਗੇਜ ਅਤੇ ਇੱਕ ਕੈਰੀ ਬੈਗੇਜ ਅਲਾਊਡ ਹੈ। ਅਲੋਂਗ ਵਿਦ ਦੈਟ ਯੂ ਕੈਨ ਆਲਸੋ ਕੈਰੀ ਅ ਲੈਪਟੋਪ ਬੈਗ। ਸੋ ਮੇਕ ਸ਼ੋਰ ਕਰੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਬੈਗੇਜ ਵਿੱਚ ਅਲਾਊਡ ਹੈਗੀਆਂ ਨੇ। ਅਤੇ ਹੁਣ ਮੈਂ ਤੁਹਾਨੂੰ ਦੱਸਾਂਗਾ ਵਿਦਆਊਟ ਵੇਸਟਿੰਗ ਐਨੀ ਮੋਰ ਟਾਈਮ ਕਿ ਇਹ ਬੈਗੇਜਸ ਵਿੱਚ ਤੁਸੀਂ ਕੀ ਸਮਾਨ ਲੈ ਕੇ ਆ ਸਕਦੇ ਹੋ। ਤਾਂ ਚਲੋ ਸ਼ੁਰੂ ਕਰੀਏ। ਸੋ ਗਾਇਸ, ਪਹਿਲੀ ਚੀਜ਼ ਆਉਂਦੀ ਹੈ ਕਲੋਥਿੰਗ। ਕਲੋਥਿੰਗ ਦਾ ਜਦੋਂ ਤੁਸੀਂ ਦੇਖ ਸਕਦੇ ਹੋ, ਮੈਂ ਇੱਕ ਸਮਰ ਸੈਕਸ਼ਨ ਬਣਾਇਆ ਹੋਇਆ ਅਤੇ ਨਾਲ ਇੱਕ ਵਿੰਟਰ ਸੈਕਸ਼ਨ ਬਣਾਇਆ ਹੋਇਆ। ਅਤੇ ਸਮਰ ਵਿੱਚ ਮੋਸਟਲੀ ਤੁਸੀਂ ਸਾਰਾ ਕੁਛ ਹੀ ਲੈ ਕੇ ਆ ਸਕਦੇ ਹੋ, ਜਿੱਦਾਂ ਆਪਣੀਆਂ ਸ਼ਰਟਸ ਹੋ ਗਈਆਂ, ਟੀ ਸ਼ਰਟਸ ਹੋ ਗਈਆਂ, ਜੀਨਸ ਹੋ ਗਈਆਂ, ਠੀਕ ਹੈ। ਅਤੇ ਸਰਦਾਰ ਮੁੰਡੇ ਆਪਣੀਆਂ ਪੱਗਾਂ ਵੀ ਲੈ ਕੇ ਆਉਣਗੇ, ਅਤੇ ਨਾਲ 50 ਲੈ ਆਓ, ਰੁਮਾਲ ਲੈ ਆਓ, ਅਤੇ ਆਪਣੀ ਸੌਕਸ ਵਗੈਰਾ ਲੈ ਆਓ, ਅੰਡਰ ਗਾਰਮੈਂਟਸ ਲੈ ਆਓ, ਇਹ ਸਾਰੀ ਚੀਜ਼ਾਂ ਤੁਸੀਂ ਲੈ ਆਓ ਸਮਰ ਲਈ। ਅਤੇ ਨਾਲ ਆਪਣੇ ਕੈਜੂਅਲ ਸ਼ੂਜ਼ ਲੈ ਆਓ, ਅਤੇ ਜਿੱਦਾਂ ਰਨਿੰਗ ਸ਼ੂਜ਼ ਹੋ ਗਏ, ਕੈਜੂਅਲ ਸ਼ੂਜ਼ ਹੋ ਗਏ, ਇਹ ਸਭ ਚੀਜ਼ਾਂ ਲੈ ਆਓ। ਅਤੇ ਹਾਂ, ਇੱਕ ਜ਼ਰੂਰੀ ਗੱਲ ਇਹ ਵੀ ਹੈ ਕਿ ਜਿੱਦਾਂ ਤੁਸੀਂ ਇੱਥੇ ਆਓਗੇ ਜੋਬਸ ਵਗੈਰਾ ਲਈ, ਇੰਟਰਵਿਊ ਵਗੈਰਾ ਦੇਣ ਜਾਓਗੇ, ਅਤੇ ਉਹਨਾਂ ਲਈ ਤੁਹਾਨੂੰ ਫੋਰਮਲ ਸ਼ੂਜ਼ ਵਗੈਰਾ ਦੀ ਲੋੜ ਜ਼ਰੂਰ ਪਏਗੀ। ਅਤੇ ਨਾਲ ਜਿੱਦਾਂ ਇੱਕ ਅੱਧਾ ਅਸੀਂ ਸੂਟ ਲੈ ਆਉਂਦਾ ਜਾਂ ਫੋਰਮਲ ਸ਼ਰਟ ਅਤੇ ਟਰਾਊਜ਼ਰਸ ਲੈ ਆਉਂਦੀਆਂ। ਤਾਂ ਸਮਰ ਦਾ ਮੈਂ ਇਹੀ ਕਹਾਂਗਾ ਕਿ ਮੋਸਟਲੀ ਤੁਸੀਂ ਸਾਰਾ ਜਿਹੜਾ ਸਮਾਨ ਹੈ ਇੰਡੀਆ ਤੋਂ ਹੀ ਲੈ ਕੇ ਆਓ, ਕਿਉਂਕਿ ਇਨੀਸ਼ੀਅਲ ਬੇਸਿਸ 'ਤੇ ਜੇ ਤੁਸੀਂ ਆਓਗੇ ਤਾਂ ਤੁਹਾਨੂੰ ਇੰਨਾ ਇਨੀਸ਼ੀਅਲ ਐਕਸਪੈਂਡੀਚਰ ਬਾਹਰੋਂ ਨਾ ਹੀ ਕਰੋ ਤਾਂ ਵਧੀਆ ਰਹੂਗਾ। ਅਤੇ ਫਿਰ ਆਪਾਂ ਆਉਂਦੇ ਹਾਂ ਵਿੰਟਰ ਵਿੱਚ। ਵਿੰਟਰ 'ਚ ਗਾਇਜ਼ ਮੈਂ ਸੁਜੈਸਟ ਕਰਾਂਗਾ ਕਿ ਵਿੰਟਰ 'ਚ ਮੋਸਟਲੀ ਤੁਸੀਂ ਸਵੈਟ ਸ਼ਰਟਸ ਵਗੈਰਾ ਲੈ ਆਓ, ਸਵੈਟਰਸ ਲੈ ਆਓ, ਠੀਕ ਹੈ। ਅਤੇ ਜੇ ਤੁਹਾਨੂੰ ਅਤੇ ਆਪਣਾ ਆਹ ਸੀ ਲੈ ਆਓ, ਆਪਣਾ ਜਿੱਦਾਂ ਕੈਪਸ ਹੋ ਗਈਆਂ, ਗਲਵਸ ਹੋ ਗਏ, ਅਤੇ ਜੈਕਟਸ ਲੈ ਆਓ, ਜਿੰਨੀ ਮੋਟੀ ਤੋਂ ਮੋਟੀ ਜੈਕਟ ਹੋ ਸਕੇ ਉਹ ਤੁਸੀਂ ਲੈ ਆਓ। ਜਿੱਦਾਂ ਆਹ ਵਾਲੀ ਜੈਕਟ, ਇੱਦਾਂ ਦੀ ਜੈਕਟਾਂ ਤੁਹਾਨੂੰ ਇੰਡੀਆ ਤੋਂ ਮਿਲ ਜਾਂਦੀਆਂ ਨੇ, ਬਟ ਜ਼ਿਆਦਾ ਮੋਟੀ ਜਿਹੜੀ -40 ਡਿਗਰੀਜ਼ 'ਤੇ ਜਦੋਂ ਕੈਨੇਡਾ 'ਚ ਵੈਦਰ ਹੋ ਜਾਂਦਾ, ਉਹ ਵਾਲੀ ਜੈਕਟ ਜਿਹੜੀ ਮੈਂ ਤੁਹਾਨੂੰ ਕਹਾਂਗਾ, ਜਾਂ ਫਿਰ ਵਿੰਟਰ ਬੂਟ, ਉਹ ਤੁਸੀਂ ਇੱਥੋਂ ਆ ਕੇ ਹੀ ਬਾਏ ਕਰੋ। ਕਿਉਂਕਿ ਜਿਹੜੀ ਇੰਡੀਆ ਵਾਲੀ ਜੈਕਟਸ ਹੋਣਗੀਆਂ, ਜਿੰਨੀ ਮਰਜ਼ੀ ਤੁਸੀਂ ਮੋਟੀ ਲੈ ਆਓ, ਉਹ ਇੰਡੀਆ 'ਚ ਹੀ ਕੰਮ ਆਉਣੀਆਂ, ਇੱਥੇ ਜ਼ਿਆਦਾ ਕੰਮ ਨਹੀਂ ਆਉਣਗੀਆਂ ਜਦੋਂ -40 ਹੋ ਗਿਆ ਵੈਦਰ। ਅਤੇ ਵਿੰਟਰ ਬੂਟਸ ਤੁਹਾਨੂੰ ਮੈਂ ਦਿਖਾ ਦਿੰਦਾ, ਜਿੱਦਾਂ ਮੇਰੇ ਕੋਲ ਆਹ ਵਾਲੇ ਹੈਗੇ ਨੇ, ਇਹਦੇ ਅੰਦਰ ਦੇਖੋ ਵੀ ਤੁਸੀਂ ਫੋਮ ਵਗੈਰਾ ਲੱਗੀ ਹੁੰਦੀ ਹੈ। ਸੋ ਆਹ ਵਿੰਟਰ ਵਾਟਰ ਪਰੂਫ ਬੂਟਸ ਹੁੰਦੇ ਨੇ, ਅਤੇ ਜਦੋਂ ਇੱਥੇ ਸਨੋ ਪੈਂਦੀ ਹੈ ਅਤੇ ਉੱਪਰ ਸ਼ੂਜ਼ ਦੇ ਨਾ ਕਾਫੀ ਸੋਲਟ ਵਗੈਰਾ ਜਾਂਦਾ ਹੁੰਦਾ, ਸੋ ਸ਼ੂਜ਼ ਵਾਟਰ ਪਰੂਫ ਹੋਣੇ ਚਾਹੀਦੇ ਨੇ, ਜੋ ਕਿ ਮੈਨੂੰ ਪਤਾ ਨਹੀਂ ਇੰਡੀਆ ਤੋਂ ਹੁਣ ਮਿਲਦੇ ਨੇ ਕਿ ਨਹੀਂ ਮਿਲਦੇ, ਬਟ ਮੈਂ ਸੁਜੈਸਟ ਕਰਾਂਗਾ ਕਿ ਇੱਥੋਂ ਤੁਹਾਨੂੰ ਚੀਪ ਪ੍ਰਾਈਸ ਮਿਲ ਜਾਣਗੇ, ਇੱਥੋਂ ਆ ਕੇ ਹੀ ਵਿੰਟਰ ਸ਼ੂਜ਼ ਵਗੈਰਾ ਵੀ ਲਓ। ਅਤੇ ਜੈਕਟਾਂ ਗਾਇਜ਼, ਅਤੇ ਜੈਕਟ ਗਾਇਜ਼ ਦੇਖੋ ਇੱਥੋਂ ਇੰਨੀ ਮੋਟੀ ਮਿਲਦੀ ਆ, ਦੇਖੋ 2-3 ਕਿਲੋ ਦੀ ਤਾਂ ਕੱਢਲੀ ਜੈਕਟ ਹੀ ਹੈ, ਠੀਕ ਹੈ ਨਾ। ਅਤੇ ਆਹ ਅਸੀਂ ਜੈਕਟ ਇੱਥੋਂ ਆ ਕੇ ਲੈ ਸਕਦੇ ਹੋ, ਅਤੇ ਈਜ਼ੀ ਚੀਪ ਪ੍ਰਾਈਜ਼ ਵਿੱਚ ਤੁਹਾਨੂੰ ਵਧੀਆ ਜੈਕਟ ਇੱਥੋਂ ਮਿਲ ਜਾਣਗੀਆਂ, ਇੰਡੀਆ ਤੋਂ ਲੈਣਾ ਥੋੜ੍ਹਾ ਔਖਾ ਹੋ ਜਾਊਗਾ। ਦੂਜੀ ਆਪਣੀ ਕੈਟੇਗਰੀ ਆ ਗਈ ਹੈ ਯੂਟੈਂਸਲਸ ਅਤੇ ਫੂਡ। ਅਤੇ ਯੂਟੈਂਸਲ ਵਿੱਚ ਤੁਸੀਂ ਤਾਂ ਇੱਕ ਤਾਂ ਆਪਣਾ ਲੈ ਕੇ ਆ ਸਕਦੇ ਹੋ ਛੋਟਾ ਜਿਹਾ ਕੁੱਕਰ ਲੈ ਕੇ ਆ ਸਕਦੇ ਹੋ 2 ਲੀਟਰ ਦਾ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਲੈ ਕੇ ਆ ਸਕਦੇ ਹੋ ਆਪਣਾ ਤਵਾ ਲੈ ਆਓ ਰੋਟੀ ਰੁਟੀ ਬਣਾਉਣ ਲਈ, ਅਤੇ ਦੋ ਪਲੇਟਾਂ, ਦੋ ਕੋਲੀਆਂ ਲੈ ਆਓ, ਪਲਾਸਟਿਕ ਦੀ ਲੈ ਆਓ ਤਾਂ ਕਿ ਜ਼ਿਆਦਾ ਵੇਟ ਵਗੈਰਾ ਨਾ ਵਧੇ। ਅਤੇ 2-3 ਚਮਚੇ, ਇੱਕ ਨਾਈਫ ਲੈ ਆਓ, ਗਲਾਸ ਲੈ ਆਓ ਪਾਣੀ ਪੀਣ ਲਈ, ਅਤੇ ਨਾਲ ਜਿਹੜੇ ਚਾਹ ਪੀਣ ਦੇ ਮੁੰਡੇ ਸ਼ੌਕੀ ਹੈਗੇ ਨੇ ਉਹ ਆਪਣਾ ਲੈ ਆਓ, ਇੱਕ ਚਾਹ ਵਾਲਾ ਪੈਨ ਲੈ ਆਓ, ਅਤੇ ਨਾਲ ਆਪਣੀ ਆਹ ਹੋ ਗਈ ਜੀ ਆਪਣੀ ਕੜਾਹੀ। ਕੜਾਹੀ ਜੋ ਸਬਜ਼ੀਆਂ ਸੁਬਜ਼ੀਆਂ ਬਣਾਉਣ ਲਈ ਹੈਲਪ ਕਰੂਗੀ, ਰਾਈਸ ਵਗੈਰਾ ਤੁਸੀਂ ਬਣਾਓਗੇ ਉਹ ਵੀ ਉਹਦੇ ਲਈ ਵੀ ਹੈਲਪ ਕਰੂਗੀ। ਅਤੇ ਥੋੜ੍ਹੇ ਬਹੁਤ ਇਨੀਸ਼ੀਅਲ ਕੁਛ ਦਿਨਾਂ ਲਈ ਨਮਕ, ਮਿਰਚ, ਥੋੜ੍ਹੇ ਮਸਾਲੇ ਲੈ ਆਓ, ਜ਼ਿਆਦਾ ਨਹੀਂ ਲਿਆਉਣ ਦੀ ਲੋੜ, ਥੋੜ੍ਹੇ ਬਹੁਤ ਲਿਆਓ ਤਾਂ ਕਿ ਤੁਹਾਡੇ ਇਨੀਸ਼ੀਅਲ ਕੁਛ ਦਿਨ ਤੁਹਾਡੇ ਨਿਕਲ ਜਾਣ। ਅਤੇ ਇਨੀਸ਼ੀਅਲ ਕੁਛ ਦਿਨਾਂ ਲਈ ਮੈਗੀ ਵਗੈਰਾ ਵੀ ਲੈ ਕੇ ਆ ਸਕਦੇ ਹੋ, ਜੋ ਤੁਸੀਂ ਆ ਕੇ ਇੱਥੇ ਫਟਾਫਟ ਬਣਾ ਕੇ ਖਾ ਲਓ। ਅਤੇ ਤੁਸੀਂ ਘਰੋਂ ਆਪਣੀ ਪਿੰਨੀਆਂ ਵੀ ਲੈ ਕੇ ਆ ਸਕਦੇ ਹੋ, ਜਿੱਦਾਂ ਹੁਣ ਸਵੇਰੇ ਸਵੇਰੇ ਤੁਸੀਂ ਆਪਣੇ ਕਾਲਜ ਜਾਂ ਯੂਨੀਵਰਸਿਟੀ ਜਾਣਾ ਹੈ ਅਤੇ ਫਟਾਫਟ ਇੱਕ ਪਿੰਨੀ ਦੇ ਨਾਲ ਦੁੱਧ ਪੀਤਾ ਅਤੇ ਤੁਰ ਪਏ ਕਾਲਜ ਵੱਲ, ਹੈ ਨਾ। ਅਤੇ ਆਹ ਸਾਰਾ ਕੁਛ ਤੁਸੀਂ ਇਨੀਸ਼ੀਅਲ ਬੇਸਿਸ 'ਤੇ ਫੂਡ ਅਤੇ ਯੂਟੈਂਸਲ ਦਾ ਸਮਾਨ ਲੈ ਕੇ ਆ ਸਕਦੇ ਹੋ। ਅਤੇ ਹੁਣ ਆਪਾਂ ਆਪਣੀ ਅਗਲੀ ਕੈਟੇਗਰੀ ਵੱਲ ਚੱਲਦੇ ਹਾਂ। ਸੋ ਗਾਇਜ਼, ਅਗਲੀ ਕੈਟੇਗਰੀ ਆ ਜਾਂਦੀ ਹੈ ਇਲੈਕਟ੍ਰੋਨਿਕਸ ਦੀ। ਸੋ ਇੰਡੀਆ ਤੋਂ ਮੈਨੂੰ ਕਾਫੀ ਲੋਕ ਪੁੱਛਦੇ ਨੇ ਕਿ ਲੈਪਟੋਪ, ਫੋਨ ਵਗੈਰਾ ਅਸੀਂ ਕੈਨੇਡਾ ਆ ਕੇ ਲਈਏ ਜਾਂ ਇੰਡੀਆ ਤੋਂ ਲੈ ਕੇ ਆਈਏ।
ਮੈਂ ਉਹਨਾਂ ਨੂੰ ਆਹੀ ਸੁਜੈਸਟ ਕਰਦਾ ਕਿ ਜੇ ਤਾਂ ਤੁਹਾਡੇ ਕੋਲ ਇੰਡੀਆ ਵਿੱਚ ਆਲਰੇਡੀ ਇਹ ਸਭ ਸਮਾਨ ਹੈਗਾ ਤੇ ਇੰਡੀਆ ਤੋਂ ਹੀ ਲੈ ਕੇ ਆਓ, ਤੇ ਅਗਰ ਨਹੀਂ ਹੈਗਾ ਤੇ ਅਗਰ ਤੁਸੀਂ ਉੱਥੇ ਉਹ ਬਾਏ ਕਰਕੇ ਹੁਣੇ ਲੈ ਕੇ ਆ ਰਹੇ ਹੋ ਤਾਂ ਮੈਂ ਸੁਜੈਸਟ ਕਰਾਂਗਾ ਕਿ ਤੁਸੀਂ ਕੈਨੇਡਾ ਆ ਕੇ ਬਾਏ ਕਰੋ, ਇੱਥੇ ਤੁਹਾਨੂੰ ਈਜ਼ੀਲੀ ਚੀਪਰ ਪ੍ਰਾਈਸ ਮਿਲ ਜਾਣਗੇ, ਪਲੱਸ ਉਹਨਾਂ ਦੇ ਚਾਰਜਿੰਗ ਦੇ ਜਿਹੜੇ ਸੌਕਿਟਸ ਵਗੈਰਾ ਹੁੰਦੇ ਨੇ ਉਹ ਵੀ ਫਿਰ ਤੁਹਾਨੂੰ ਇਸ ਇੱਥੋਂ ਦੇ ਹਿਸਾਬ ਨਾਲ ਮਿਲਣਗੇ, ਫਿਰ ਤੁਹਾਨੂੰ ਪਲੱਸ ਵਾਰੰਟੀ ਵਗੈਰਾ ਵੀ ਇੱਥੋਂ ਦੀ ਮਿਲ ਜਾਏਗੀ ਲੈਪਟੋਪ ਵਗੈਰਾ ਦੀ ਜਾਂ ਫੋਨ ਦੀ, ਸੋ ਉਹ ਤੁਹਾਡੇ ਲਈ ਬੈਟਰ ਰਹੇਗਾ। ਬਾਕੀ ਜਿਹੜਾ ਮੈਂ ਸੌਕਿਟ ਦੀ ਗੱਲ ਕਰ ਰਿਹਾ ਉਹ ਆਹ ਵਾਲੇ ਸੌਕਿਟਸ ਹੁੰਦੇ ਨੇ, ਜੇ ਸਪੋਜ਼ ਤੁਸੀਂ ਇੰਡੀਆ ਤੋਂ ਹੀ ਲੈ ਕੇ ਆ ਰਹੇ ਹੋ ਲੈਪਟੋਪ ਦੇ ਚਾਰਜਰਸ ਵਗੈਰਾ, ਫਿਰ ਤੁਹਾਨੂੰ ਆਹ ਨਾਲ ਇੱਕ ਸੌਕਿਟ ਜ਼ਰੂਰ ਇੰਡੀਆ ਤੋਂ ਲੈ ਕੇ ਆਉਣਾ, ਇੱਥੇ ਤੁਹਾਨੂੰ ਚਾਰਜਿੰਗ 'ਚ ਆਹੀ ਯੂਜ਼ ਕਰਨਾ ਪਏਗਾ ਐਕਸਟੈਂਸ਼ਨ ਦੇ ਤੌਰ 'ਤੇ। ਬਾਕੀ ਹੋਰ ਲੋਕ ਜਿਹੜੇ ਟ੍ਰਿਮਰ ਵਗੈਰਾ ਯੂਜ਼ ਕਰਦੇ ਨੇ ਟ੍ਰਿਮਰ ਵਗੈਰਾ ਲੈ ਆਓ ਇੰਡੀਆ ਤੋਂ, ਅਤੇ ਹੋਰ ਜਿਹੜਾ ਇਲੈਕਟ੍ਰੋਨਿਕ ਸਮਾਨ ਬੇਸਿਕਲੀ ਮੈਂ ਤਾਂ ਆਹੀ ਸਭ ਚੀਜ਼ਾਂ ਲੈ ਕੇ ਆਇਆ ਸੀਗਾ। ਬਾਕੀ ਤੁਹਾਡੇ ਮਾਇੰਡ 'ਚ ਕੋਈ ਹੋਰ ਸਮਾਨ ਹੈਗਾ ਜਿਹਦਾ ਤੁਹਾਨੂੰ ਹਲੇ ਪ੍ਰਾਈਜ਼ ਦੀ ਨਹੀਂ ਕਨਫਰਮ, ਜੇ ਤੁਸੀਂ ਖਰੀਦਣਾ ਤੁਸੀਂ ਇਨ ਡਾਊਟ ਹੈਗੇ ਹੋ ਕਿ ਤੁਸੀਂ ਇੰਡੀਆ ਤੋਂ ਲਓ ਜਾਂ ਇੱਥੋਂ ਅੱਗੇ ਲੈਣਾ, ਉਹ ਤੁਸੀਂ ਕਮੈਂਟ ਸੈਕਸ਼ਨ 'ਚ ਪਾ ਦਿਓ, ਮੈਂ ਤੁਹਾਨੂੰ ਦੱਸ ਦਾਂਗਾ ਇੱਥੋਂ ਦਾ ਕੀ ਰੇਟ ਹੈ, ਉਸ ਹਿਸਾਬ ਨਾਲ ਤੁਸੀਂ ਆਪਣਾ ਡਿਸੀਜ਼ਨ ਮੇਕ ਕਰ ਸਕਦੇ ਹੋ। ਅਤੇ ਇਲੈਕਟ੍ਰੋਨਿਕ ਸੈਕਸ਼ਨ 'ਚ ਬਸ ਇੰਨਾ ਹੀ। ਸੋ ਗਾਇਸ ਲਾਸਟ ਕੈਟੇਗਰੀ ਆ ਗਈ ਜਿਹਦੇ ਵਿੱਚ ਮੈਂ ਹੁਣ ਤੁਹਾਨੂੰ ਬਾਕੀ ਦੇ ਜਿਹੜੇ ਜ਼ਰੂਰੀ ਜ਼ਰੂਰੀ ਸਮਾਨ ਹੈ ਉਹ ਦੱਸਾਂਗਾ, ਸਟਾਰਟਿੰਗ ਆਫ ਵਿਦ ਡਾਕੂਮੈਂਟਸ। ਡਾਕੂਮੈਂਟਸ ਗਾਇਸ ਤੁਹਾਡਾ ਇੱਕ ਤਾਂ ਪਾਸਪੋਰਟ ਆ ਗਿਆ, ਬਾਕੀ ਤੁਹਾਡੇ ਬਰਥ ਸਰਟੀਫਿਕੇਟ ਆ ਗਿਆ, ਤੁਹਾਡੇ ਜਿਹੜੇ ਵੀ ਅੱਜ ਤੱਕ ਦੇ ਸਰਟੀਫਿਕੇਟਸ ਨੇ, ਮਾਰਕਸ਼ੀਟਸ ਨੇ, ਆਫਰ ਲੈਟਰ ਨੇ ਜਾਂ ਫਿਰ PR ਦੇ ਡਾਕੂਮੈਂਟਸ ਨੇ ਜਿਹੜੇ PR ਦੇ ਬੇਸ 'ਤੇ ਆ ਰਹੇ ਨੇ, ਇਹ ਸਾਰੇ ਡਾਕੂਮੈਂਟ ਤੁਸੀਂ ਇੱਕ ਫਾਈਲ ਵਿੱਚ ਪਾ ਕੇ ਲਿਆ ਸਕਦੇ ਹੋ, ਅਤੇ ਇਹਨੂੰ ਤੁਸੀਂ ਆਪਣੇ ਨਾਲ ਲੈਪਟੋਪ ਬੈਗ ਵਿੱਚ ਰੱਖ ਸਕਦੇ ਹੋ, ਜੋ ਕਿ ਤੁਹਾਨੂੰ ਇਮੀਗ੍ਰੇਸ਼ਨ ਦੇ ਟਾਈਮ ਵੀ ਬਹੁਤ ਹੀ ਹੈਲਪ ਕਰਨਗੇ। ਅਤੇ ਸੈਕਿੰਡ ਗਾਇਜ਼ ਆ ਗਿਆ ਡਰਾਈਵਿੰਗ ਲਾਇਸੈਂਸ ਐਕਸਟ੍ਰੈਕਟ। ਇਹ ਹੁਣ ਗਾਇਜ਼ ਅਗਰ ਤੁਸੀਂ ਇੱਥੇ ਆ ਕੇ ਪਹਿਲਾਂ ਲਾਇਸੈਂਸ ਲੈਣਾ ਹੈ ਤਾਂ ਤੁਹਾਨੂੰ ਇੰਡੀਆ ਤੋਂ ਇੱਕ DL ਡਰਾਈਵਿੰਗ ਲਾਇਸੈਂਸ ਐਕਸਟ੍ਰੈਕਟ ਬਣਵਾ ਕੇ ਲੈ ਕੇ ਆਉਣਾ ਪਏਗਾ, ਜਿਹਦੇ ਨਾਲ ਤੁਸੀਂ G1 ਜੋ ਕਿ ਇੱਕ ਰਿਟਨ ਐਗਜ਼ਾਮ ਹੈ ਉਸ ਤੋਂ ਬਾਅਦ ਡਾਇਰੈਕਟ G ਦਾ ਐਗਜ਼ਾਮ ਦੇ ਸਕਦੇ ਹੋ। ਸੋ ਗਾਇਜ਼ ਹੋਰ ਜਿਹੜਾ ਸਮਾਨ ਉਹਦੀ ਮੈਂ ਥੋੜ੍ਹੀ ਬਹੁਤ ਲਿਸਟ ਬਣਾਈ ਹੋਈ ਹੈ, ਜਿੱਦਾਂ ਹੋ ਗਿਆ ਆਪਣਾ ਬੈੱਡਸ਼ੀਟਸ ਹੋ ਗਈਆਂ, ਪਿੱਲੋ ਕਵਰ ਹੋ ਗਏ, ਟੂਥਬ੍ਰੱਸ਼ ਹੋ ਗਿਆ, ਟੂਥਪੇਸਟ ਹੋ ਗਈ, ਟਾਵਲ ਹੋ ਗਏ, ਨੇਲ ਕਟਰਸ ਹੋ ਗਏ, ਅਤੇ ਹਾਂ ਫਿਰ ਮੈਡੀਕੇਸ਼ਨਸ ਵੀ ਆਪਾਂ ਲੈ ਕੇ ਆਉਣੀਆਂ ਨੇ। ਜਿਹੜੀ ਮੈਡੀਕੇਸ਼ਨ ਤੁਸੀਂ ਲੈ ਕੇ ਆਉਣੀ ਹੈ ਉਹਨੂੰ ਤੁਸੀਂ ਇੱਕ ਲਿਫਾਫੇ 'ਚ ਪਾ ਕੇ ਅਲੋਂਗ ਵਿਦ ਪ੍ਰਿਸਕ੍ਰਿਪਸ਼ਨ ਉਹਨੂੰ ਆਪਣੇ ਵੱਡੇ ਬੈਗ 'ਚ ਕੈਰੀ ਕਰੋ, ਅਤੇ ਜਿਹੜੀਆਂ ਛੋਟੀ ਮੋਟੀ ਮੈਡੀਸਨ ਜੋ ਤੁਹਾਨੂੰ ਵਾਈਲਡ ਟਰੈਵਲਿੰਗ ਇਨ ਦਾ ਐਰੋਪਲੇਨ ਉਹ ਚਾਹੀਦੀਆਂ ਹੋਣਗੀਆਂ ਉਹ ਆਪਣੇ ਲੈਪਟੋਪ ਬੈਗ ਵਿੱਚ ਨਾਲ ਕੈਰੀ ਕਰ ਸਕਦੇ ਹੋ। ਸੋ ਗਾਇਜ਼ ਐਂਡ 'ਚ ਆ ਜਾਂਦਾ ਕੈਸ਼। ਕੈਸ਼ ਮੈਨੂੰ ਕਾਫੀ ਲੋਕ ਪੁੱਛਦੇ ਨੇ ਕਿ ਕਿੰਨਾ ਲੈ ਕੇ ਆਈਏ। ਕੈਸ਼ ਤੁਸੀਂ 1000 ਤੋਂ ਲੈ ਕੇ $2000 ਦੇ ਵਿੱਚ ਵਿੱਚ ਲੈ ਕੇ ਆ ਸਕਦੇ ਹੋ, ਪਲੱਸ ਉਹਦਾ ਨਾਲ ਇੱਕ ਬਿੱਲ ਜ਼ਰੂਰ ਜਿੱਥੋਂ ਤੁਸੀਂ ਕਨਵਰਟ ਕਰਵਾਇਆ ਨੇ ਨਾ ਇੰਡੀਅਨ ਕਰੰਸੀ ਤੋਂ ਕੈਨੇਡੀਅਨ ਡਾਲਰ ਜਿੱਥੋਂ ਕਨਵਰਟ ਕਰਵਾਏ ਨੇ ਉਹਦਾ ਇੱਕ ਬਿੱਲ ਜ਼ਰੂਰ ਨਾਲ ਵਿੱਚ ਨਾਲ ਲੈ ਕੇ ਆਉਣਾ। ਹਾਂਜੀ, ਅਤੇ ਇਹ ਸੀ ਸਾਡੀ ਅੱਜ ਦੀ ਵੀਡੀਓ ਜਿਹਦੇ 'ਚ ਮੈਂ ਤੁਹਾਨੂੰ ਦੱਸਿਆ ਕਿ ਜੇ ਤੁਸੀਂ ਇੰਡੀਆ ਤੋਂ ਕੈਨੇਡਾ ਮੂਵ ਹੋ ਰਹੇ ਹੋ ਐਜ਼ ਅ ਇਮੀਗ੍ਰੈਂਟ ਔਰ ਐਜ਼ ਅ ਸਟੂਡੈਂਟ ਤਾਂ ਤੁਹਾਨੂੰ ਕਿਹੜਾ ਕਿਹੜਾ ਸਮਾਨ ਲੈ ਕੇ ਆਉਣ ਦੀ ਲੋੜ ਹੈ, ਅਤੇ ਹਜੇ ਵੀ ਤੁਹਾਡੇ ਮਨ 'ਚ ਕੋਈ ਡਾਊਟ ਹੈਗਾ ਤਾਂ ਉਹਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਪਾਓ, ਮੈਂ ਤੁਹਾਨੂੰ ਉਹਦਾ ਜ਼ਰੂਰ ਜਵਾਬ ਦੇਵਾਂਗਾ। ਅਤੇ ਗਾਇਜ਼ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਇਹਨੂੰ ਜ਼ਰੂਰ ਲਾਈਕ ਕਰੋ ਅਤੇ ਸ਼ੇਅਰ ਕਰੋ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਆਹ ਹੈਗਾ ਜੀ ਆਪਣਾ ਰੈੱਡ ਬਟਨ, ਇਹਨੂੰ ਜ਼ਰੂਰ ਪ੍ਰੈਸ ਕਰੋ, ਅਤੇ ਇਹਦੇ ਨੀਚੇ ਇੱਕ ਨੋਟੀਫਿਕੇਸ਼ਨ ਬੈਲ ਬਟਨ ਵੀ ਹੈ ਉਹਨੂੰ ਵੀ ਜ਼ਰੂਰ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਮੇਰੀ ਫਿਊਚਰ ਵੀਡੀਓਜ਼ ਬਾਰੇ ਪਤਾ ਲੱਗਦਾ ਰਹੇ। ਅਤੇ ਥੈਂਕ ਯੂ ਐਵਰੀਵਨ, ਥੈਂਕਸ ਫੋਰ ਵਾਚਿੰਗ, ਬਾਏ ਬਾਏ।